ਸਸ਼ੀ ਕਾਲ ਜੀ ਸੁਣ ਰਹੇ ਸਾਰੇ ਹੀ ਪੰਜਾਬੀਆਂ ਨੂੰ ਮੈਂ ਵਿਕਰਮਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਆਪਣੀ ਚੈਨਲ ਰਾਈਟਰ ਵਿਕਰਮਜੀਤ ਸਿੰਘ ਵਿੱਚ ਅੱਜ ਮੇਰੇ ਇੱਥੇ ਹਾਜ਼ਰ ਹੋਣ ਦਾ ਵਿਸ਼ਾ ਹੈ ਮੇਰੇ ਦੁਆਰਾ ਲਿਖਿਆ ਗਿਆ ਆਰਟੀਕਲ ਸੜਕ ਦੁਰਘਟਨਾਵਾਂ ਸਾਡੀ ਲਾਪਰਵਾਹੀ ਜਾਂ ਬੇਪਰਵਾਹ ਸਿਸਟਮ ਇਹ ਆਰਟੀਕਲ ਮੇਰੇ ਦੁਆਰਾ ਲਿਖਿਆ ਗਿਆ ਹੈ ਇਸ ਆਰਟੀਕਲ ਰਾਹੀਂ ਮੈਂ ਸੜਕ ਦੁਰਘਟਨਾਵਾਂ ਤੇ ਇੱਕ ਸਵਾਲੀਆ ਚਿੰਨ੍ਹ ਖੜਾ ਕਰਦਾ ਹਾਂ ਚਲੋ ਸ਼ੁਰੂ ਕਰਦੇ ਹਾਂ ਕੋਈ ਜ਼ਮਾਨਾ ਸੀ ਜਦੋਂ ਲੋਕ ਤੁਰ ਕੇ ਸਫ਼ਰ ਤੈਅ ਕਰਦੇ ਸਨ ਸਮੇਂ ਦੇ ਨਾਲ ਇੰਜਨ ਦੀ ਕਾਰ ਕੱਢੀ ਗਈ ਅਤੇ ਫਿਰ ਦੇਖਦੇ ਹੀ ਦੇਖਦੇ ਅੱਜ ਪੂਰੀ ਦੁਨੀਆ ਦੋ ਪਹੀਏ ਜਾਂ ਚਾਰ ਪਹੀਏ ਵਾਹਨਾਂ ਨਾਲ ਭਰ ਗਈ ਹੈ ਅੱਜ ਹਰ ਘਰ ਵਿੱਚ ਇੱਕ ਛੱਡੋ ਦੋ ਦੋ ਤਿੰਨ ਤਿੰਨ ਮਸ਼ੀਨਰੀਆਂ ਹਨ ਉਦਯੋਗੀਕਰਨ ਕਾਰਨ ਇਹਨਾਂ ਵਾਹਨਾਂ ਵਾਪ ਟ੍ਰਾਂਸਪੋਰਟ ਦੀ ਜ਼ਰੂਰਤ ਵਧਦੀ ਚਲੀ ਗਈ ਹੈ ਜਿਸ ਨੇ ਇੱਕ ਪਾਸੇ ਉਦਯੋਗੀਕਰਨ ਨੂੰ ਵਡਾਵਾ ਦਿੱਤਾ ਹੈ ਦੂਜੇ ਪਾਸੇ ਇਸ ਦੀ ਲਾਪਰਵਾਹੀ ਵਰਤੋ ਜਾਇਸ ਦੀ ਵਰਤੋਂ ਲਈ ਜੋ ਪ੍ਰਬੰਧਨ ਨਾ ਹੋਣ ਕਾਰਨ ਹਾਦਸੇ ਵਾਪਰਦੇ ਹਨ ਅੱਜ ਮੈਂ ਇੱਥੇ ਗੱਲ ਕਰਨਾ ਚਾਹਾਂਗਾ ਸੜਕ ਹਾਦਸਿਆਂ ਬਾਰੇ ਜੇਕਰ ਅਸੀਂ ਕੋਈ ਲੋਕ ਅਖਬਾਰ ਫਰੋਲੀਏ ਤਖਬਾਰ ਸੜਕ ਦਰਘਟਨਾਵਾਂ ਦੀਆਂ ਖਬਰਾਂ ਨਾਲ ਭਰਿਆ ਪਿਆ ਹੁੰਦਾ ਹੈ ਹਰ ਰੋਜ਼ ਸੈਂਕੜੇ ਅਜਿਹੀਆਂ ਦਰਘਟਨਾਵਾਂ ਵਾਪਰਦੀਆਂ ਹਨ ਇਸ ਦੇ ਮੁੱਖ ਦੋ ਕਾਰਨ ਹਨ ਇੱਕ ਤਾਂ ਲੋਕਾਂ ਵੱਲੋਂ ਕਾਹਲ ਅਤੇ ਲਾਪਰਵਾਹੀ ਭਾਵ ਆਪਣੀ ਜਲਦੀ ਦੇ ਚੱਕਰ ਵਿੱਚ ਲੋਕ ਆਪ ਜਾਨ ਤੱਕ ਗਵਾਉਂਦੇ ਹੀ ਜਾਣ ਨਾਲ ਹੀ ਦੂਸਰਿਆਂ ਦੇ ਘਰ ਵੀ ਖਤਮ ਕਰਦੇ ਹਨ ਅਤੇ ਦੂਸਰਾ ਅੱਜ ਅਸੀਂ ਆਮ ਦੇਖਦੇ ਹਾਂ ਕਿ ਮਸ਼ੀਨਰੀ ਦਿਨ ਬਾ ਦਿਨ ਵਧਦੀ ਚਲੀ ਜਾ ਰਹੀ ਹੈ ਪਰ ਇਸ ਦੇ ਪ੍ਰਬੰਧਨ ਭਾਵ ਸੜਕੀ ਪ੍ਰਬੰਧਨ ਉਸ ਹਿਸਾਬ ਨਾਲ ਨਹੀਂ ਕੀਤਾ ਗਿਆ ਪਿਛਲੇ ਦਿਨ ਦੀ ਮਿਤੀ 25 2019 ਨੂੰ ਪਿੰਡ ਗੋਵਿੰਦਗੜ੍ਹ ਵਿਖੇ ਮਲੋਟ ਰੋਡ ਪੀ ਪੁਆਇੰਟ ਤੇ ਮੇਰੇ ਵੱਡੇ ਭਰਾ ਤਾਇਆ ਜੀ ਦੇ ਮੁੰਡੇ ਅਤੇ ਤਾਈ ਜੀ ਦਾ ਸੜਕ ਹਾਦਸੇ ਵਿੱਚ ਮੌਤ ਹੋ ਗਈ ਮੇਰੇ ਤੇਰਾ ਭਰਾ ਜੋ ਮੋਟਰਸਾਈਕਲ ਤੇ ਆਪਣੀ ਮਾਤਾ ਜੀ ਨਾਲ ਸਵਾਰ ਸੀ ਨੂੰ ਇੱਕ ਬਲੈਰੋ ਪਿਕਅਪ ਨੇ ਟੱਕਰ ਮਾਰ ਦਿੱਤੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਇਨਾ ਭਿਆਨਕ ਸੀ ਕਿ ਦੋਨੋਂ ਮਾਪੋਤ ਥਾਂ ਤੇ ਹੀ ਦਮ ਤੋੜ ਗਏ ਅਤੇ ਉਹਨਾਂ ਦੱਸਿਆ ਕਿ ਜਦ ਸਾਹਮਣੇ ਟਰੱਕ ਤੇ ਪਿਕਅਪ ਆ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਨੇ ਆਪਣਾ ਮੋਟਰਸਾਈਕਲ ਛੜਕ ਤੋਂ ਹੇਠਾਂ ਉਤਾਰ ਕੇ ਰੋਕ ਲਿਆ ਸੀ ਪਰ ਜੋ ਕਿ ਪਿਕਅਪ ਚਾਲਕ ਬਹੁਤ ਤੇਜ਼ ਗਤੀ ਤੇ ਗੱਡੀ ਚਲਾ ਰਿਹਾ ਸੀ ਅਤੇ ਦੂਸਰੀ ਉਸਨੇ ਨਸ਼ੀਲੀ ਵਸਤੂਆਂ ਦਾ ਵੀ ਸੇਵਨ ਕੀਤਾ ਹੋਇਆ ਸੀ ਤੋਂ ਗੱਡੀ ਨਾ ਸੰਭਲੀ ਅਤੇ ਸਾਹਮਣੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪਹਿਲੀ ਲਾਪਰਵਾਹੀ ਵਾਲੀ ਗੱਲ ਤਾਂ ਸਾਫ਼ ਸਪਸ਼ਟ ਰੂਪ ਵਿੱਚ ਝਲਕਦੀ ਹੈ ਜੋ ਕਿ ਤੇਜ਼ ਗਤੀ ਦੇ ਗੱਡੀ ਚਲਾਉਣਾ ਉਹ ਵੀ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਕੇ। ਦੂਸਰੀ ਗੱਲ ਸੜਕੀ ਪ੍ਰਬੰਧਨ ਤਾਂ ਇਹ ਗੱਲ ਬੜੀ ਗੰਭੀਰ ਤੇ ਹੈਰਾਨ ਕਰਨ ਵਾਲੀ ਹੈ। ਕਿਹਾ ਜਾਂਦਾ ਹੈ ਕਿ ਜਿਸ ਸੜਕ ਤੇ ਮੇਰੇ ਤਤੇਰੇ ਭਰਾ ਗੁਰਪ੍ਰੀ ਹੋਰਾਂ ਦੀ ਦਰਘਟਨਾ ਹੋਈ ਉਸੇ ਸੜਕ ਤੇ ਪਹਿਲਾਂ ਵੀ ਕਈ ਵਾਰ ਸੜਕ ਦਰਘਟਨਾਵਾਂ ਵਿੱਚ ਜਾਨਾਂ ਜਾ ਚੁੱਕੀਆਂ ਹਨ। ਤੇ ਉਸ ਤੋਂ ਅਗਲੇ ਦਿਨ ਜਾਨੀ ਕਿ 21 5 2019 ਨੂੰ ਵੀ ਬਹੁਤ ਭਿਆਨਕ ਹਾਦਸਾ ਉਸੇ ਜਗ੍ਹਾ ਦੇ ਬਹੁਤ ਨੇੜੇ ਹੀ ਵਾਪਰਿਆ ਇਸ ਤੋਂ ਸਪਸ਼ਟ ਹੈ ਕਿ ਉਸ ਸੜਕ ਦਾ ਸੜਕੀ ਪ੍ਰਬੰਧਨ ਸਹੀ ਨਹੀਂ ਹੈ ਤਾਂ ਫਿਰ ਇਸ ਦੀ ਜ਼ਿੰਮੇਵਾਰੀ ਕਿਸ ਨੂੰ ਕੀ ਲਾਭ ਹੋਇਆ ਸਾਨੂੰ 1947 ਵਿੱਚ ਮਿਲੀ ਆਜ਼ਾਦੀ ਤੇ ਲੋਕਤੰਤਰ ਪ੍ਰਣਾਲੀ ਦਾ ਜੋ ਲੋਕਾਂ ਦੇ ਹੱਕ ਵਿੱਚ ਕੰਮ ਹੀ ਨਹੀਂ ਕਰ ਪਾਈ ਸੁਣਿਆ ਹੈ ਕਿ ਉਸੇ ਜਗ੍ਹਾ ਤੇ ਕੋਲ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ ਤਾ ਜੋ ਦਰਘਟਨਾਵਾਂ ਟਾਲੀਆਂ ਜਾ ਸਕਣ ਪਰ ਜੇਕਰ ਸੜਕੀ ਪ੍ਰਬੰਧਨ ਉਸੇ ਤਰ੍ਹਾਂ ਖਸਤਾ ਹਾਲਤ ਵਿੱਚ ਰਿਹਾ ਅਤੇ ਲੋਕ ਲਾਪਰਵਾਹੀ ਵਰਤਦੇ ਰਹੇ ਤਾਂ ਕੀ ਅਸੀਂ ਉਸ ਵਾਹਗਰੂ ਨੂੰ ਆਉਣ ਵਾਲੀਆਂ ਦਰਘਟਨਾਵਾਂ ਦਾ ਜ਼ਿੰਮੇਵਾਰ ਸਮਝਾਂਗੇ ਇਹ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੀ ਜਾਨ ਦੀ ਪਰਵਾਹ ਤਾਂ ਕਰਦੇ ਹੀ ਨਹੀਂ ਨਾਲ ਦੂਸਰਿਆਂ ਦੀ ਜਾਨ ਨੂੰ ਵੀ ਖਤਰੇ ਵਿੱਚ ਪਾਉਂਦੇ ਹਨ ਅਤੇ ਕਈਆਂ ਦੀਆਂ ਜਿੰਦਗੀਆਂ ਤਬਾਹ ਕਰ ਦਿੰਦੇ ਹਨ ਕੀ ਅੱਜ ਸਾਡਾ ਪ੍ਰਸ਼ਾਸਨ ਇੰਨਾ ਅਸਮਰਥ ਹੈ ਇਹ ਲੋਕਾਂ ਨੂੰ ਕਾਇਦੇ ਕਾਨੂੰਨ ਵਿੱਚ ਨਹੀਂ ਰੱਖ ਸਕਦਾ ਅਤੇ ਜੇ ਗੱਲ ਕਰੀਏ ਸੜਕੀ ਪ੍ਰਬੰਧਨ ਦੀ ਤਾਂ ਕੀ ਫਾਇਦਾ ਉਹਨਾਂ ਲੋਕਤੰਤਰੀ ਸਰਕਾਰਾਂ ਦਾ ਜਾਂ ਐਮਪੀ ਐਮਐਲਏ ਦਾ ਜੋ ਅੱਜ ਤੱਕ ਸਾਨੂੰ ਸਹੀ ਸੜਕੀ ਪ੍ਰਬੰਧਨ ਨਹੀਂ ਦੇ ਸਕੇ ਤੇ ਦੂਸਰੇ ਪਾਸੇ ਮਹਾਮੂਰਖ ਲੋਕ ਜੋ ਨਾ ਤਾਂ ਕਾਨੂੰਨਾਂ ਦੀ ਪਾਲਣਾ ਕਰਦੇ ਹਨ ਅਤੇ ਨਾ ਹੀ ਸਰਕਾਰਾਂ ਨੂੰ ਅਧੂਰੇ ਪ੍ਰਬੰਧਾਂ ਤੇ ਸਵਾਲ ਕਰਦੇ ਹਨ ਅਤੇ ਹਰ ਚੀਜ਼ ਆਪਣੇ ਰੱਬ ਤੇ ਛੱਡ ਦਿੰਦੇ ਹਨ ਫੈਸਲਾ ਤੁਸੀਂ ਕਰਨਾ ਹੈ ਕੀ ਕੀ ਕਾਰਨ ਹੈ ਇਹਨਾਂ ਸੜਕੀ ਦਰਘਟਨਾਵਾਂ ਦਾ ਅਤੇ ਮਾਸੂਮ ਜਿੰਦੜੀਆਂ ਦੀ ਮੌਤ ਦਾ ਜੋ ਬੇਕਸੂਰ ਹੁੰਦੇ ਹੋਏ ਵੀ ਮੌਤ ਦੀ ਭੇਡ ਚੜ ਜਾਂਦੀਆਂ ਹਨ ਧੰਨਵਾਦ ਸਾਰੇ ਹੀ ਸਰੋਤਿਆਂ ਦਾ ਮੇਰਾ ਆਰਟੀਕਲ ਬੜੇ ਹੀ ਧਿਆਨ ਨਾਲ ਸੁਣ ਲਈ ਵੀਰੋ ਇਹ ਮੇਰੇ ਇਕੱਲੇ ਦਾ ਸਵਾਲ ਨਹੀਂ ਇਹ ਸਾਡੇ ਸਾਰਿਆਂ ਦਾ ਸਵਾਲ ਹੈ ਸਵਾਲ ਤਾਂ ਕਰਨਾ ਪਊਗਾ ਜੇ ਲੋਕਤੰਤਰ ਬਚਾਉਣਾ ਹੈ ਇੱਕ ਵਾਰ ਫਿਰ ਧੰਨਵਾਦ